ਜਦੋਂ ਵੀ ਕੋਈ ਵੀਰ ਭੈਣ ਸਤਿਗੁਰੂ ਜੀ ਦੇ ਦਰ 'ਤੇ ਪਹੁੰਚਦਾ ਹੈ, ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਖੁਰਾਂ ਨੂੰ ਮੱਥਾ ਟੇਕਿਆ ਜਾਂਦਾ ਹੈ। ਪਰ ਅਕਸਰ ਇਹ ਜਾਣਨਾ ਚਾਹੁੰਦੇ ਨੇ ਬੱਚੇ, ਨੌਜਵਾਨ, ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਮੱਥਾ ਹੀ ਕਿਉਂ ਟੇਕਣਾ ਚਾਹੀਦਾ ਹੈ? ਉੱਦਾਂ ਹੀ ਇਕੱਲਾ ਸਿਰਨ ਵਾਲਿਆ ਇਕੱਲੇ ਹੱਥ ਜੋੜ ਲਏ ਜਾਂ ਜਿਵੇਂ ਆਦਮੀ ਨੂੰ ਮੁਸਕਰਾਹਟ ਦੇਈ ਦੀਏ, ਇਸ ਤਰ੍ਹਾਂ ਕਿਉਂ ਮੱਥਾ ਹੀ ਕਿਉਂ ਟੇਕਿਆ ਜਾਂਦਾ ਹੈ? ਇਸ ਲਈ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਕੋਲ ਜਾਗ ਕੇ ਸਾਡੇ ਹੱਥ ਜੁੜਦੇ ਨੇ। ਜੇ ਉਸ ਤੋਂ ਵੀ ਪਹਿਲਾਂ ਵੇਖੀਏ, ਅਸੀਂ ਜਦੋਂ ਹੀ ਸਤਿਗੁਰੂ ਵੱਲ ਮੂੰਹ ਕਰਦੇ ਹਾਂ, ਸਾਡੇ ਅੰਦਰ ਨਿਮਰਤਾ ਅਤੇ ਮਨ ਨੀਵਾਂ ਖੋਣਾ ਅਤੇ ਪਿਆਰ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਕਿਸੇ ਵੀ ਗੱਡੀ ਤੋਂ ਸਵਾਰੀ ਤੋਂ ਉਤਰਦੇ ਹਾਂ ਸਤਿਕਾਰ ਵਿੱਚ, ਫਿਰ ਹੋਰ ਸਤਿਕਾਰ ਵਿੱਚੋਂ ਜੋੜਾ ਉਤਾਰੀਦਾ ਹੈ, ਫਿਰ ਹੱਥ ਪੈਰ ਧੋਈਦੇ ਨੇ, ਇਹ ਵੀ ਸਤਿਕਾਰ ਦਾ ਚਿੰਨ੍ਹ ਹੈ। ਮਹਾਰਾਜ ਜੀ ਕੋਲ ਜਾ ਕੇ ਦੋ ਹੱਥ ਜੋੜ ਕੇ ਅਰਦਾਸ ਕਰੀ ਦੀਏ, ਇਹ ਵੀ ਮਹਾਰਾਜ ਜੀ ਦੇ ਸਤਿਕਾਰ ਵਿੱਚ ਹੈ। ਫਿਰ ਅਸੀਂ ਕੇਵਲ ਉੱਪਰੋਂ ਸਿਰ ਨਹੀਂ ਕਿਸੇ ਆਦਮੀ ਨੂੰ ਸਿਰ ਨਵਾਉਣਾ ਇਕੱਲਾ ਭਲਾ ਏ, ਪਰ ਇਹ ਹਨ ਨਿਰੰਕਾਰ ਦੀ ਜੋਤ, ਦਸਾਂ ਪਾਤਸ਼ਾਹੀਆਂ ਦੀ ਜੋਤ, ਅਤੇ ਉਹਨਾਂ ਦੇ ਸਾਹਮਣੇ ਮੱਥਾ ਹੀ ਟੇਕਣਾ ਬਣਦਾ ਹੈ। ਮੱਥਾ ਟੇਕਣ ਦਾ ਮਤਲਬ ਮੈਂ ਆਪਣੀਆਂ ਸਿਆਣਪਾਂ, ਆਪਣੀਆਂ ਚਤਰਾਈਆਂ ਛੱਡ ਕੇ ਮਹਾਰਾਜ ਸਭੋ ਕੁਛ ਤੁਹਾਨੂੰ ਮੈਂ ਅਰਪਣ ਕਰਦਾ ਤਨ ਮਨ ਧਨ। ਇਹਦਾ ਮਤਲਬ ਹੀ ਇਹ ਹੈ, ਜਿਵੇਂ ਮਹਾਰਾਜ ਜੀ ਦਾ ਹੁਕਮ ਹੈ, ਤਨ ਮਨ ਧਨ ਸਾਰਾ ਕੁਝ ਸਤਿਗੁਰੂ ਜੀ ਨੂੰ ਅਰਪਣ ਕਰਨਾ ਹੈ, ਅਰਪਣ ਭੇਟ ਕਰਨਾ। ਭੇਟ ਕਰਨ ਤੋਂ ਮਤਲਬ ਅੰਦਰ ਧਿਆਨ ਵੀ ਰੱਖਣਾ, ਹੁਣ ਆਪਣੀ ਮਰਜ਼ੀ ਨਹੀਂ ਕਰਨੀ, ਜੋ ਸਤਿਗੁਰੂ ਕਹਿਣ ਉਹ ਕਰਨਾ। ਦੂਸਰਾ, ਇਹਦੇ ਨਾਲ ਇੱਕ ਵਾਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਾਜੀ ਸਲਾਰਦੀਨ ਨੇ ਇੱਕ ਸਵਾਲ ਕੀਤਾ ਸੀ, ਮਹਾਰਾਜ ਜਦੋਂ ਸਿੱਖ ਹੁੰਦੇ ਨੇ ਆਪ ਜੀਆਂ ਕੋਲ, ਇਹ ਧਰਤੀ 'ਤੇ ਮੱਥਾ ਲਾ ਕੇ ਮੱਥਾ ਕਿਉਂ ਟੇਕਦੇ ਨੇ? ਇਹ ਵੀ ਚੇਤਾ ਰੱਖਣਾ, ਸਤਿਪੁਰਸ਼ ਕਿਆ ਕਰਦੇ ਨੇ, ਜੇ ਦਸਤਾਰ ਬੰਨੋ ਇਹੋ ਜਿਹੇ ਢੰਗ ਨਾਲ ਨਾ ਦਸਤਾਰ ਸਜਾਓ ਵੀ ਤੁਹਾਡਾ ਮੱਥਾ ਧਰਤੀ 'ਤੇ ਲੱਗੇ ਹੀ ਨਾ। ਦਸਤਾਰ ਇਹੋ ਜਿਹੇ ਢੰਗ ਨਾਲ ਬੰਨੋ ਪੂਰਾ ਮਸਤਕ ਧਰਤੀ 'ਤੇ ਲੱਗ ਜਾਵੇ। ਕਾਰਨ ਜੋ ਕਾਜੀ ਸਲਾਰਦੀਨ ਦੇ ਸਵਾਲ ਦੇ ਜਵਾਬ ਵਿੱਚ ਸਤਿਗੁਰੂ ਜੀ ਨੇ ਬਖਸ਼ਿਆ ਸੀ, ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਕਾਜੀ ਸਲਾਰਦੀਨ ਜੀਓ, ਆ ਸਾਡੇ ਕੋਲ ਮੋਹਰ ਹੈ, ਇਸ ਮੋਹਰ ਦੇ ਅੱਖਰ ਪੜ੍ਹੋਗੇ ਜੀ, ਇਹਦੇ 'ਤੇ ਪੁੱਠੇ ਹੁੰਦੇ ਨੇ, ਪੜ੍ਹੇ ਨਹੀਂ ਜਾਂਦੇ, ਇਹਨਾਂ ਨੂੰ ਸਿੱਧੇ ਕਰਨ ਦਾ ਕੀ ਢੰਗ ਤਰੀਕਾ ਹੈ? ਕਹਿੰਦੇ ਜੀ ਸਿਆਹੀ ਖੋਵੇ ਲਿਆਓ। ਭਲਾ ਸਿਆਹੀ ਲਾਈ ਉਹਦੇ 'ਤੇ, ਕਹਿੰਦੇ ਹੁਣ ਕਾਗਜ਼ ਦੇ ਉੱਪਰ ਲਾ ਦਿਓ। ਜਦੋਂ ਉਹ ਹੀ ਮੋਹਰ ਸ਼ਾਹੀ ਲਾ ਕੇ ਕਾਗਜ਼ ਦੀ ਛਾਤੀ 'ਤੇ ਲਾਈ, ਪੁੱਠੇ ਅੱਖਰ ਸਿੱਧੇ ਖੋ ਗਏ, ਉਹ ਪੜ੍ਹੇ ਗਏ ਚੰਗੇ ਭਲੇ। ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਮੋਹਰ ਦੇ ਅੱਖਰ ਪੁੱਠੇ ਸ਼ਾਹੀ ਲਾ ਕੇ ਕਾਗਜ਼ ਦੀ ਛਾਤੀ 'ਤੇ ਲਾਇਆ ਅਤੇ ਅੱਖਰ ਸਿੱਧੇ ਖੋ ਗਏ, ਜੇ ਭਲਾ ਮੋਰ ਦੇ ਉਸ ਤਰ੍ਹਾਂ ਅੱਖਰ ਪੜ੍ਹੀਏ, ਪੜ੍ਹੇ ਨਹੀਂ ਸੀ ਜਾਣੇ, ਸ਼ਾਹੀ ਵੀ ਲੱਗ ਗਈ ਤਾਂ ਵੀ ਨਹੀਂ ਪੜ੍ਹੇ ਜਾਣੇ, ਸ਼ਾਹੀ ਲਾਉਣ ਤੋਂ ਬਾਅਦ ਉਹਨੂੰ ਹੱਥ 'ਚ ਰੱਖਿਆ ਵੀ ਨਹੀਂ, ਨੀਵਾਂ ਕੀਤਿਆ ਵੀ ਨਹੀਂ, ਉਹਨੂੰ ਕਾਗਜ਼ 'ਤੇ ਜਾਂ ਕਿਸੇ ਇਹੋ ਜਿਹੀ ਚੀਜ਼ 'ਤੇ ਲਾਉਣੇ ਪੈਣਗੇ ਨਾ ਥੱਲੇ, ਤਾਂ ਅੱਖਰ ਸਿੱਧੇ ਖੋਏ। ਇਸੇ ਤਰ੍ਹਾਂ ਇਨਸਾਨ ਕੋਲ ਜਿਤਨੇ ਕਰਮ ਖੁੰਦੇ ਉਹ ਸਾਰੇ ਇਸ ਮੱਥੇ 'ਤੇ ਲਿਖੇ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨ ਨੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਕਹਿੰਦੇ ਬੰਦਾ ਜਿੰਨੇ ਕੁ ਕਰਮ ਕਰਦਾ ਆਪਣੇ ਮਨੋਂ ਤੇ ਚੋਰੀ, ਉਹਨਾਂ ਨੂੰ ਲੁਕੋ ਕੇ ਰੱਖਦਾ ਏ, ਪਰ ਐਸਾ ਨਹੀਂ, ਉਹ ਸਾਰੇ ਮਸਤਕ 'ਤੇ ਲਿਖੇ ਜਾਂਦੇ ਨੇ, ਭਾਵੇਂ ਮਾੜੇ ਨੇ ਚਾਹੇ ਚੰਗੇ ਨੇ, ਨਿਰੰਕਾਰ ਦੀ ਰਚਨਾ ਹੈ, ਉਹਨਾਂ ਨੇ ਮਸਤਕ 'ਤੇ ਹੀ ਲੇਖ ਲਿਖਦੇ ਨੇ ਹਰ ਮਨੁੱਖ ਦੇ। ਆਮ ਅਖਾਣ ਵੀ ਏ, ਮੱਥੇ ਦੇ ਲੇਖ ਮਾੜੇ ਜਾਂ ਮੱਥੇ ਦੇ ਲੇਖ ਚੰਗੇ। ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਸਿੱਖ ਸ਼ਰਧਾ ਪਿਆਰਾਂ ਦੀ ਸ਼ਾਹੀ ਲਾ ਕੇ ਪੂਰਨ ਗੁਰੂ ਦੇ ਸਾਹਮਣੇ ਮੱਥਾ ਆਪਣਾ ਧਰਤੀ ਨਾਲ ਲਾਉਂਦਾ, ਦਰਅਸਲ ਉਹ ਧਰਤੀ 'ਤੇ ਨਹੀਂ ਲਾ ਰਿਹਾ ਹੁੰਦਾ, ਉਹ ਸਤਿਗੁਰੂ ਜੀ ਦੇ ਚਰਨਾਂ ਨਾਲ ਲਾ ਰਿਹਾ ਹੁੰਦਾ। ਜਦੋਂ ਕੋਈ ਮਸਤਕ ਲਾਉਂਦਾ ਹੈ ਸ਼ਰਧਾ ਪਿਆਰ ਨਾਲ, ਉਹਦੇ ਮਾੜੇ ਕਰਮ ਜਿਹੜੇ ਹਨ ਉਹ ਸਾਰੇ ਕੱਟੇ ਜਾਂਦੇ, ਪੁੱਠੇ ਲੇਖ ਉਹਦੇ ਸਿੱਧੇ ਹੋ ਜਾਂਦੇ ਹਨ, ਅਤੇ ਉਹਦਾ ਜੀਵਨ ਅੱਗੇ ਤੋਂ ਬਿਲਕੁਲ
ਨਵਾਂ ਨਕੋਰ ਬਣ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਮਤਲਬ ਪੁੱਠੇ ਲੇਖਾਂ ਨੂੰ ਸਿੱਧਾ ਕਰਨਾ। ਮਹਾਰਾਜ ਜੀ ਕੋਲੋਂ ਆਉਣ ਵਾਲੇ ਜੀਵਨ ਦੇ ਅੰਦਰ ਉਹ ਲੇਖ ਲਿਖਾਣੇ ਜਿਹੜੇ ਲੇਖ ਲਿਖਣ ਤੋਂ ਬਾਅਦ ਅਸੀਂ ਵਾਹਿਗੁਰੂ ਜੀ ਦੇ ਨੇੜੇ ਖੁੰਨੇ ਹਾਂ, ਸਤਿਗੁਰੂ ਜੀ ਸਾਨੂੰ ਪਿਆਰੇ ਲੱਗਦੇ ਨੇ, ਉਹਨਾਂ ਦਾ ਬਚਨ ਕਮਾ ਕੇ ਅਸੀਂ ਆਪਣਾ ਅਤੇ ਪਰਿਵਾਰ ਅਤੇ ਸੰਸਾਰ ਦਾ ਅਸੀਂ ਭਲਾ ਕਰਦੇ ਹਾਂ, ਤਾਂ ਕਦੇ ਵੀ ਆਕੜ ਵਿੱਚ ਅਹੰਕਾਰ ਵਿੱਚ ਨਹੀਂ ਰਹਿਣਾ ਚਾਹੀਦਾ ਵੀ ਮੈਂ ਸਿਰ ਨਹੀਂ ਚੁਕਾਉਣਾ। ਜਿੰਨੀ ਨਿਮਰਤਾ ਸਤਿਗੁਰੂ ਦੇ ਸਾਹਮਣੇ ਖੋਏਗੀ, ਓਨਾ ਹੀ ਮਹਾਰਾਜ ਦੀਆਂ ਬਖਸ਼ਾਂ ਵੱਧ ਮਿਲਣਗੀਆਂ। ਇਹ ਤਾਂ ਪਿਆਰ ਦੀ ਖੇਡ ਹੈ ਰੁਖਾਨੀਅਤ ਦੀ। ਜਿਉਂ ਜਿਉਂ ਕਿਸੇ ਨੂੰ ਸਤਿਗੁਰੂ ਅੰਦਰੋਂ ਸੋਝੀ ਪਾਉਂਦੇ, ਨਾ ਤਾਂ ਉਹਨੂੰ ਸਤਿਗੁਰੂ ਇਸ ਰੂਪ ਵਿੱਚ ਨਜ਼ਰ ਆਉਂਦੇ ਅਤੇ ਨਾ ਹੀ ਉਹਦਾ ਮੱਥਾ ਕੇਵਲ ਫਰਜੀ ਜਾਂ ਟਿਕਦਾ ਹੈ। ਉਹਦੇ ਅੰਦਰ ਜਿਉਂ ਜਿਉਂ ਸ਼ਰਧਾ ਭਰਦੀ, ਅੱਖ ਬਦਲਦੀ ਏ ਅਤੇ ਕਈ ਸੱਜਣ ਇਹੋ ਜਿਹੇ ਮਿਲਦੇ ਨੇ ਜਦੋਂ ਮੱਥਾ ਟੇਕਦੇ ਅਤੇ ਉਹ ਕਹਿੰਦੇ ਸਤਿਗੁਰੂ ਜੀ ਮੱਥਾ ਚੁੱਕਣ ਹੀ ਨਹੀਂ ਸਨ ਦੇ ਰਹਿ। ਉਦੋਂ ਕੋਈ ਸਤਿਗੁਰੂ ਦੀ ਅਗੰਮੀ ਰੁਖਾਨੀਅਤ ਦੀ ਦੁਨੀਆ ਦੀ ਰਹਿਮਤ ਜਦੋਂ ਉਸ ਮਸਤਕ ਨੂੰ ਮਿਲਦੀ ਏ ਅਤੇ ਸਿਰ ਉੱਚਾ ਹੁੰਦਾ ਹੀ ਨਹੀਂ, ਕਰਨਾ ਹੀ ਨਹੀਂ ਮੰਗਦਾ। ਮਹਾਰਾਜ ਮਿਹਰ ਕਰਨ, ਸਾਡਾ ਸਿਰ ਸਦਾ ਹੀ ਸਤਿਗੁਰੂ ਦੇ ਚਰਨਾਂ ਅੰਦਰ ਝੁਕਿਆ ਰਹੇ। ਜਿਹਦਾ ਸਿਰ ਸਤਿਗੁਰੂ ਦੇ ਸਾਹਮਣੇ ਝੁਕਦਾ ਏ, ਸੰਸਾਰ ਸਾਰਾ ਉਸ ਮਨੁੱਖ ਦੇ ਸਾਹਮਣੇ ਅਦਬ ਨਾਲ ਝੁਕਣਾ ਸ਼ੁਰੂ ਹੋ ਜਾਂਦਾ ਏ। ਬਚਨ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ।